ਰੱਖਣਾ ਤੁਹਾਨੂੰ ਕੋਈ ਚੀਜ਼ ਵਿਖਾਉਣੀ ਆ। ਆਹ ਦੇਖੋ ਕਾਰ ਹੈ ਸਵਿਫਟ, ਕਿੱਥੇ ਚੜ੍ਹਾਈ ਹੋਈ, ਪਿੱਛੇ ਜਾ ਕੇ ਦਿਖਾਉਣਾ ਤੁਹਾਨੂੰ ਆਪਣੇ। ਆਹ ਪਹਿਲੀ ਮੰਜ਼ਿਲ ਉਤਲੇ ਫਲੋਰ ਤੇ, ਤੇ ਸੱਜਣਾ ਨੇ ਅੱਧੀ ਵੱਢੀ ਹੋਈ ਆ ਇਹ ਕਾਰ, ਅੱਧੀ ਵੱਢ ਕੇ ਅੱਧਾ ਹਿੱਸਾ ਹੈ ਖੜਾ, ਅੱਧਾ ਹਿੱਸਾ ਇਹ ਖੜਾ ਕਾਰ ਦਾ ਉਧਰਲੇ ਪਾਸੇ ਸੀ ਰੋਡ ਦੇ ਉੱਤੇ। ਟੋਲਬਾਗ ਮਾਰਕੀਟ ਆ ਇਹ, ਦੂਰਦਰਸ਼ਨ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਦੇ, ਇੱਥੇ ਆਏ ਆਪਾਂ ਅਤੇ ਸਵੇਰੇ ਆਪਾਂ ਪਹੁੰਚ ਗਏ ਸੀ 3 ਵਜੇ, ਅਤੇ ਸਵੇਰੇ 3 ਵਜੇ ਪਹੁੰਚ ਗਏ ਸੀ ਆਪਾਂ ਇਸ਼ਨਾਨ ਪਾਰੀ ਕਰ, ਅਤੇ ਆ ਗੁਰਦਾਸ ਵੀ ਹੋ ਗਿਆ ਰੈਡੀ, ਕਿਉਂ ਕਹਿੰਦਾ ਰੈਡੀ ਆ ਪੂਰਾ। ਚੱਲ ਪੱਗ ਬੰਨੀ ਅੱਗੇ ਆਈ, ਪਰ ਨਹੀਂ ਚੱਲੂ ਕੰਮ ਫਿਰ ਰਿਪੋਰਟਾਂ ਓਕੇ ਠੀਕ। ਆਪਾਂ ਬੰਦੇ ਨੂੰ ਜਿਹੜੇ ਲੈਣ ਆਏ ਨਾ ਉਹਨੇ ਆਉਣਾ ਕੱਲ੍ਹ, ਉਹਨੇ ਆਉਣਾ ਕੱਲ੍ਹ 12:30, 12:30 ਨਾ ਫਲਾਈਟ ਆਉਂਦੀ ਹੈ ਨਾ, 12:30 ਉਹਨੇ ਕੱਲ੍ਹ ਆਉਣਾ, ਅਤੇ ਅੱਜ ਆਪਾਂ ਚੱਲੇ ਦਿੱਲੀ ਘੁੰਮਣ ਵਾਸਤੇ, ਜਾਣਾ ਇੱਕ ਦੋ ਥਾਵਾਂ 'ਤੇ ਜਾਣਾ, ਮੈਂ ਤੁਹਾਨੂੰ ਦਿਖਾਉਣੇ ਆਪਾਂ, ਜੁੜੇ ਰਹੋ ਨਾਲ। ਹਾਂਜੀ ਬਾਈ, ਆਹ ਹੈਗਾ ਕਨੌਟ ਪਲੇਸ, ਦਿੱਲੀ ਦਾ ਦਿਲ, ਦਿੱਲੀ ਦਾ ਦਿਲ ਕਹਿ ਸਕਦੇ ਹੋ ਚੀਜ਼ ਨੂੰ। ਆਹ ਹੈਗਾ ਮੈਟਰੋ ਸਟੇਸ਼ਨ, ਇੱਧਰ ਬਈਆ ਗੁਰਦਾਸ ਬੈਠਾ, ਇੱਧਰ ਬਾਈ ਗੁਰਦਾਸ ਬੈਠਾ, ਮੁੱਛਾ ਮਾਛਾ ਢੱਕੀ ਬੈਠਾ ਪੂਰੀਆਂ, ਕਹਿੰਦਾ ਗੱਲ ਕਰਕੇ ਕਹਿੰਦਾ ਫਿਰ ਜਾਣਾ ਕਹਿੰਦਾ। ਅਤੇ ਆਹ ਵੇਖੋ ਮਾਹੌਲ ਇੱਥੋਂ ਦਾ ਦਿੱਲੀ ਦਾ, ਅਤੇ ਬਾਕੀ ਬਣਾਉਣੇ ਅੱਗੇ ਤਾਂ ਰੱਖਦੇ ਆ ਫੋਨ, ਕਿਤੇ ਚਲਾਉਣ ਦਾ ਧੱਫੜ ਪੈ ਜਾਵੇ, ਦਿਖਾਉਣੇ ਜਾਣੇ ਤੁਹਾਨੂੰ। ਇਹ ਹੈਗਾ ਬਈ ਸਦਰ ਬਾਜ਼ਾਰ ਸਾਰਾ, ਥੋਮ ਚ ਸਮਾਨ ਬਾਈ ਉਹਨਾਂ ਕੋਲੇ ਪੂਰਾ ਯਾਰ, ਫੁੱਲ ਸਸਤਾ ਸਮਾਨ ਬਾਈ, ਜਿਹੜੇ ਦੁਕਾਨਦਾਰ ਵੀਰ ਆ ਜਾਣਦੇ ਹੋਣਗੇ, ਇੱਥੋਂ ਮਾਰਕੀਟ ਪੈਂਦਾ, ਇੱਥੋਂ ਮਾਰਕੀਟ ਪੈਂਦਾ ਧੱਕਾ। ਇੱਧਰੋਂ ਇੱਧਰ ਵੇਖੋ ਲਾਉਂਦੇ ਹੋ ਫਿਰ, ਇੱਥੋਂ ਲੈ ਸਮਾਨ ਸਮੂਨ ਵੇਖੋ ਲੈ। ਹਾਂਜੀ ਬਾਈ, ਅਤੇ ਆਪਾਂ ਆ ਗਏ ਕਰੋਲ ਬਾਗ, ਆਹੀ ਹੈ ਕਰੋਲ ਬਾਗ ਦੀ ਕਾਰ ਮਾਰਕੀਟ, ਜਿੰਨੀਆਂ ਕਾਰਾਂ ਇੱਥੇ ਮਤਲਬ ਸਾਰੀਆਂ ਸੇਲ ਪਰਚੇਜ ਵਾਲੀਆਂ, ਜਿਹੜੇ ਬੰਦੇ ਡੀਲਰੀ ਕਰਨ 'ਚ ਇੰਟਰਸਟਡ ਉਹ ਬੰਦੇ ਇੱਥੋਂ ਖਰੀਦ ਸਕਦੇ ਆ ਅਤੇ ਚਲਾ ਸਕਦੇ ਆ ਵਪਾਰ। ਬਾਕੀ ਇੱਥੇ ਕਾਰ ਮਾਰਕੀਟ ਵੀ ਆ ਅਤੇ ਅਸੈਸਰੀ ਦੀ ਮਾਰਕੀਟ ਵੀ ਆ, ਅਤੇ ਦਿਖਾਉਂਦੇ ਆ ਤੁਹਾਨੂੰ ਆਪਾਂ ਵੀ ਇਹਦਾ ਡਿਜ਼ਾਇਰ ਦੇ ਵੀ ਲਵਾਉਣਾ ਪੈਂਪ ਅਤੇ ਬੂਫਰ, ਉਦੋਂ ਵੀ ਬਣਾ ਕੇ ਤੁਹਾਨੂੰ ਦਿਖਾਉਂਦੇ ਆਪਾਂ ਵੀ ਕਿਹੜੀ ਕੰਪਨੀ ਦਾ ਲਵਾਉਣੇ ਆ। ਐਨਵੈਲਟ ਜਿਹਦੇ ਵਿੱਚ ਐਨਵੈਲਟ ਬੂਫਰ ਹੁੰਦਾ, ਐਂਪ ਹੁੰਦਾ ਨਾ, ਉਹ ਲਵਾਵਾਂਗੇ ਆਪਾਂ, ਵਿੱਚ ਐਨਵੈਲਟ ਹੁੰਦਾ ਹੋਊਗਾ। ਸਾਡੇ ਕੋਲ ਟਾਈਮ ਪਿਆ ਸੀ, ਕੱਲ੍ਹ ਆਉਣਾ ਉਹਨੇ ਭਰਾਣੇ ਆਪਣੇ ਨੇ, ਫਲਾਈਟ ਉਹਦੀ ਕੱਲ੍ਹ ਉਤਰੂਗੀ ਅਤੇ ਉਹਨਾਂ ਟਾਈਮ ਆਈ, ਚੱਲ ਲੈਂਦੇ ਆਪਾਂ ਹੋਰ ਜੀ। ਆਹ ਦੇਖ ਸਕਦੇ ਹੋ ਬਾਈ ਤੁਸੀਂ, ਦੇਖੀਏ ਕਰੋਲ ਬਾਗ ਦੀ ਕਾਰ ਮਾਰਕੀਟ, ਹਰ ਪ੍ਰਕਾਰ ਦੀ ਸੈਸਰੀ ਹੈ ਨਾ ਇੱਥੋਂ ਮਿਲ ਜਾਂਦੀ ਆ। ਇਹ ਗੁਰਦੁਆਰਾ ਨਾਨਕਸਰ ਸਾਹਿਬ ਰਹਿੰਦਾ, ਗੁਰਦੁਆਰਾ ਨਾਨਕਸਰ ਸਾਹਿਬ ਰਹਿੰਦਾ ਆਪਣਾ ਸਰ ਗੰਗਾ ਰਾਮ ਹੋਸਪਿਟਲ ਕੋਲ। ਉਹਦੇ ਜਾਵਾਂ ਸਾਹਮਣੇ ਗਲੀ ਦੇ ਵਿੱਚ ਕਰੋਲ ਬਾਗ ਰਹਿੰਦਾ, ਅਤੇ ਉਹਦੇ ਨਾਲ ਹੀ ਇਹ ਮਾਰਕੀਟ ਆ, ਦਿਖਾਉਣੇ ਬਾਕੀ ਆਪਾਂ ਕੀ ਚੀਜ਼ ਲੈਣੀ ਆ ਤੁਹਾਨੂੰ। ਵੇਸਟ ਟਿਊਬ ਬਈ ਆਪਾਂ ਲੈ ਲਈ ਆ, ਅਤੇ ਆਹ ਲਈ ਆ ਕੇਵ ਕੰਪਨੀ ਦੀ, ਆਹ ਲੱਗਿਆ ਹੋਇਆ ਬਾਈ ਫਿੱਟ ਕਰਨ, ਉਹ ਐਂਡਰਾਇਡ ਪਲੇਅਰ ਲੱਗਿਆ ਹੋਇਆ ਆਪਣੇ ਪਹਿਲਾਂ, ਆਹ ਤਾਰ ਡਿੱਗੀ 'ਚ ਰੱਖ ਲਓ ਬਾਈ। ਆਹ ਕੰਪਨੀ ਦੇ ਬਾਈ।